ਇਹਨਾਂ ਦੇ ਬਾਅਦ ਸ਼ਹਿਨਸ਼ਾਹ ਫਜ਼ਲ ਅਲਮ ਸਾਹਿਬ ਮਹਾਰਾਲ ਕਾਇਦੀ ਸਾਹਿਬ, ਉਹਨਾਂ ਦੇ ਬਾਅਦ ਕਿਬਲਾ ਕਾਬਾ ਗੁਲਾਮ ਅਬਾਸ ਮੀਸਮ ਸਾਹਿਬ, ਉਹਨਾਂ ਦੇ ਬਾਅਦ ਸੈਯਦ ਸ਼ਫਕਤ ਮੋਹਸਿਨ ਕਾਦਮੀ ਸਾਹਿਬ, ਉਹਨਾਂ ਦੇ ਬਾਅਦ ਅਲਾਮਾ ਨਾਸਰ ਬਾਦ ਨੋਤਕ ਸਾਹਿਬ, ਉਹਨਾਂ ਦੇ ਬਾਅਦ ਖਾਨ ਅਦਰ ਅਬਾਸ ਖਾਨ ਬਲੋਚ ਸਮਟਿਆ, ਉਹਨਾਂ ਦੇ ਬਾਅਦ ਸੈਯਦ ਸੁਰਿਆਤ ਇਮਰਾਨ ਸ਼ਿਰਾਦੀ ਸਾਹਿਬ, ਉਹਦੇ ਬਾਅਦ ਚੌਧਰੀ ਬਾਸ ਅਬਾਸ ਰਜ਼ਾ ਝੰਡਵੀ ਸਾਹਿਬ, ਮਖਦੂਮ ਸੈਯਦ ਇਲਿਆਸ ਰਜ਼ਾ ਸ਼ਾਹ ਸਾਹਿਬ ਆਫ ਡੇਰਾ ਗਾਜ਼ੀ ਖਾਂ, ਰਵਾਰ ਹੁਸੈਨ ਰਵਾਰ। ਅਤੇ ਟਾਈਮ ਦਾ ਖਿਆਲ ਕਰਨਾ ਚਾਹੀਦਾ ਹੈ, 20-22 ਦਾ ਅਗਰ ਪੜ੍ਹਾ ਲੈਣ ਬੰਦਾ, ਇਹ ਤਾਂ ਨਹੀਂ ਕਿ 20 ਮਿੰਟ 30 ਮਿੰਟ ਟਾਈਮ ਹੋ ਤਾਂ ਬੰਦਾ ਘੰਟਾ ਪੜ੍ਹ ਵਜੇ। ਨਹੀਂ ਬਾਈ ਨਹੀਂ ਪੜ੍ਹੋ। ਅੱਛਾ ਸਾਰੇ ਸੇ ਅੱਲਾਹ ਦੀ ਨਾਰਾਜ਼ਗੀ ਹੈ। ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਅਲਹਮਦੁਲਿਲਾਹਿ ਰੱਬਿਲ ਆਲਮੀਨ, ਅਰ-ਰਹਿਮਾਨਿ ਰਹੀਮ, ਮਾਲਿਕ ਯੌਮਿਦ੍ਦੀਨ। ਇਯਾਕਾ ਨਅਬਦੁ ਵਇਯਾਕਾ ਨਸਤਈਨ, ਇਹਦਿਨਾ ਸਿਰਾਤੁਲ ਮੁਸਤਕੀਮਾ ਸਿਰਾਤੁਲ ਲਜ਼ੀਨਾ ਅਨਅਮਤਾ ਅਲੈਹਿਮ ਗੈਰਿ ਮਗਜ਼ੂਬਿ ਅਲੈਹਿਮ ਵਲਜ਼ਾਲੀਨ। ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਬਾਵਾਜ਼ੇ ਬੁਲੰਦ ਸਲਵਾਤ, ਬੰਦੇ ਢੇਰ ਸਾਰੇ ਬੈਠੇ ਹੋ, ਸਲਵਾਤ ਦਾ ਪੜ੍ਹਨ ਅਜ਼ੀਮ ਸਵਾਬ ਹੈ। ਉੱਚੀ ਆਵਾਜ਼ ਨਾਲ ਸੁਣੋ। ਦੁਆ ਹੈ ਮਾਲਿਕ ਅੱਲਾ ਤੁਸੀਂ ਤਮਾਮ ਸ਼ਰੀਫਾਂ ਦੀ ਇਬਾਦਤ ਕਬੂਲ ਫਰਮਾਵੇ। ਕਰੀਮ ਖਾਲਿਕ ਤੁਹਾਡਾ ਕਦਮ ਬ ਕਦਮ ਤੁਰਾਇਆ ਇਬਾਦਤ ਸ਼ੁਮਾਰ ਫਰਮਾਵੇ। ਬਾਨੀਆਂ ਨੇ ਮਜਾਲਸ ਮੇਰੇ ਭਾਈਆਂ ਦਾ ਇਹਤਮਾਮ, ਜ਼ਾਕਰੀਨ ਉਲਮਾ ਦੀ ਪੜ੍ਹਾਈ, ਮੈਂ ਹਕੀਰ ਦੀ ਨੌਕਰੀ, ਮਾਲਿਕ ਅੱਲਾ ਕਬੂਲ ਫਰਮਾਵੇ। ਇਸ ਮਜਲਸ ਦਾ ਸਵਾਬ, ਲੰਗਰ ਨਿਆਜ਼ ਦਾ ਸਵਾਬ, ਬਤੁਫੈਲੇ ਚਹਾਰ ਦਾ ਮਾਸੂਮੀਨ, ਜਿਤਨੇ ਮਰਹੂਮੀਨ ਬਾਨੀਆਂ ਦੇ ਇਸ ਜਾਨ ਤੋਂ ਚਲੇ ਗਏ, ਬਿਲ ਖਸੂਸ ਮਲਕ ਗੁਲਾਮ ਸ਼ਬੀਰ ਸਾਹਿਬ ਜੈਸੇ ਬੁਨਿਆਦ ਰੱਖੀ ਆ ਜਲਸੇ ਦੀ, ਅੱਲਾ ਉਸ ਦਰੂਹ ਤੱਕ ਪਹੁੰਚਾਵੇ। ਬਹੁਤ ਬੜੀ ਦੁਆ ਪੀ ਮੰਗਦਾ ਹਰ ਆਜ਼ਾਦਾਰ ਵਾਸਤੇ, ਆਮੀਨ ਅਖਾਏ। ਹੁਸੈਨ ਦੀ ਮਾਂ ਤੁਹਾਨੂੰ ਕਿਸੇ ਦਾ ਮੁਹਤਾਜ ਨਾ ਕਰੇ, ਵਾਰਿਸ ਇਮਾਮ ਜ਼ਮਾਨਾ ਦਾ ਜ਼ਹੂਰ ਹੋਵੇ। ਮਰੀਏ ਹੁਸੈਨ ਹੁਸੈਨ ਕਰੇਂਦੇ, ਉੱਠੀ ਵੀ ਏ ਅਲੀ ਅਲੀ ਕਰੇਂਦੇ, ਦਾਮਨ 5-12 ਦਾ ਹੋਵੇ, ਹੱਥ ਅੱਸਾਂ ਗੁਨਾਹਗਾਰਾਂ ਦਾ ਹੋਵੇ। ਇਜਾਜ਼ਤ ਹੈ ਜ਼ਿਕਰ ਪਾਕ ਸ਼ੁਰੂ ਕਰੀਏ। ਮੈਂ ਜਿਤਨਾ ਮੇਰਾ ਟਾਈਮ ਹੈ, ਇਸੇ ਵਕਤ ਮੈਂ ਮਜਲਿਸ ਪੂਰੀ ਕਰਕੇ ਮਿੰਬਰ ਆਪਣੇ ਬਾਈ ਮਿਸਮ ਦੇ ਹਵਾਲੇ ਕਰਸਾਂ। ਰਬੀਉਲ ਅਵਲ ਦਾ ਮਹੀਨਾ ਹੈ, ਰਬੀ ਆਖਿਆ ਵੈਂਦਾ ਬਹਾਰ ਨੂੰ, ਅਵਲ ਆਖਿਆ ਵੈਂਦਾ ਪਹਿਲੀ, ਯਾਨੀ ਪਹਿਲੀ ਬਹਾਰ। ਜਾਂਦਾ ਦਿਲ ਆਖਿਓ ਬੋਲੇ ਭਾਈ ਜਾਨ, ਜਾਂਦਾ ਦਿਲ ਆਖਿਓ ਸਿਰ ਹਲਾ ਛੋੜੇ। ਆਏ ਤਾਂ ਜ਼ਿਕਰ ਸੁਣੇ ਨਾ, ਹੁਸੈਨ ਦੀ ਮਾਂ ਤੁਹਾਡੇ 'ਤੇ ਰਾਜ਼ੀ ਹੋਵੇ। ਮੈਂ 4 ਸਤਰਾਂ ਤੋਂ ਇਬਤਦਾ ਪਿਆ ਕਰਦਾ, ਅੱਲਾ ਤੁਹਾਡੀ ਜ਼ਿੰਦਗੀ ਦਰਾਜ਼ ਕਰੇ। ਹਰ ਚਿਹਰੇ 'ਤੇ ਮੇਰੀ ਨਿਗਾਹ ਹੈ, ਮੈਂ ਜਨਾਬ ਦਾ ਮਿਆਰ ਸਮਾਤ ਵੇਖਣਾ ਚਾਹੁੰਦਾ ਕਿ ਤੂੰ ਕਿਤਨਾ ਇੱਕ ਸੁਣ ਸਕਦਾ ਹੈ। ਦਰੀ ਇਹ ਹਾਲਤ ਹੋ ਗਈ ਆਪਣੀ ਅਕੀਦਤ ਕੇ ਕਰੀਨੇ ਮੈਂ, ਬੰਦਾ ਉਹ ਸਿਰ ਹਲਾਇਆ ਜਿਹੜਾ ਜ਼ੁਬਾਨ ਨਾ ਰੱਖਦਾ ਹੋਵੇ। ਇਹ ਹਾਲਤ ਹੋ ਗਈ ਆਪਣੀ ਅਕੀਦਤ ਕੇ ਕਰੀਨੇ ਮੈਂ, ਅਗਲੀ 70 ਤੇ ਸਰ ਚਵਿਆ, ਇਹ ਹਾਲਤ ਹੋ ਗਈ ਆਪਣੀ ਅਕੀਦਤ ਕੇ ਕਰੀਨੇ ਮੈਂ, ਕਭੀ ਦਿਲ ਮੇ ਮਦੀਨਾ ਹੈ ਕਭੀ ਦਿਲ ਹੈ ਮਦੀਨੇ ਮੈਂ। ਕਿਆ ਬਾਤ ਤੇਰੇ ਸੁਣਨ ਦੀ ਹੈ ਦਰੀ, ਤੁਹਾਡੇ ਬੱਚੜੇ ਦੀ ਮੈਂ ਅੱਲਾ ਤੋਂ ਕੋ ਬਾਤ ਤੇ ਸ਼ਾਦ ਰੱਖੇ। ਇਹ ਹਾਲਤ ਹੋ ਗਈ ਆਪਣੀ ਅਕੀਦਤ ਕੇ ਕਰੀਨੇ ਮੈਂ, ਕਭੀ ਦਿਲ ਮੇ ਮਦੀਨਾ ਹੈ ਕਭੀ ਦਿਲ ਹੈ ਮਦੀਨੇ ਮੈਂ, ਫਰਿਸ਼ਤੇ ਚੂਮਨੇ ਆਤੇ ਹੈ ਅਕਸਰ ਉਂਗਲੀਆਂ ਮੇਰੀ, ਫਰਿਸ਼ਤੇ ਚੂਮਨੇ ਆਤੇ ਹੈ ਅਕਸਰ ਉਂਗਲੀਆਂ ਮੇਰੀ, ਮੁਹੰਮਦ ਲਿਖ ਦਿਆ ਮੈਨੇ ਅੰਗੂਠੀ ਕੇ ਨਗੀਨੇ ਮੈਂ। ਤੁਹਾਡੇ ਬਚੜੇ ਦੀ ਮੈਂ ਕਿਆ ਬਾਤ ਹੈ ਬਾਈ ਹੈ ਦਰੀ, ਗਾਜ਼ੀ ਤੈਨੂੰ ਰੰਗ ਲਵੇ। أعوذ بالله من الشيطان اللجيم الرجيم
بسم اللہ الرحمن الرحیم بلند سلوان الحمد لله رب العالمين الصلاة والسلام على أشرف الأنبياء والمرسلين صلوات میرے نہایت ہی واجب الاحترام جناب قبلا حاجی ناصر عباس نوتک صاحب ممبر تے تشریف لائے ہیں اللہ انہاں دی زندگی دراز کرے طبیعتاں گھبراندیاں تے نہیں بھائیاں جناب نے جس دل میں محمد کی محبت نہیں ہوتی سرکار دی آمد دا مہینہ ہے تو میں ضروری سمجھدا کہ میں تذکرہ سرور کائنات دا جناب دے سامنے کراں چار سطروں کے بعد میں نعت شروع کرنا چاہتا ہوں جس دل میں محمد کی محبت نہیں ہوتی اس پر کبھی اللہ کی رحمت نہیں ہوتی تھوڑے بچڑے دی میں نے اس پر کبھی اللہ کی رحمت نہیں ہوتی عرض کریا اپنا تم کی دا اگر ذکر خدا میں یہ نام نہ شامل ہو عبادت نہیں ہوتی کیا بات ہے تیرے سنن دے ہاتھ اچے حیدری بڑی زندگی ہو اللہ تو اکو بات تشاد رکھے حسین دی ماں توڑا ٹورا یا قبول فرماوے بہت ہی خوبصورت انداز ہے تو اسی ذکر سماعت فرما رہے ہیں پڑھئے سرکار دی شان جناب پاس میں ایک دو نعتاں تو انہوں سنا لما اس دے بعد ذکر مصائب تاکہ میری عبادت پوری ہو جاوے اللہ تو زندگی کرے خدا دا نور عرشاں تو محمد بن کے آیا ہے خدا دا نور عرشاں تو محمد بن کے آیا ہے خدا دا نور عرشاں تو محمد بن کے آیا ہے خدا دا نور عرشاں تو محمد بن کے آیا ہے انہاں بندے ہم مجلس بولن دی عادت ہے او بندہ بھائی جان سر نہ ہلاوے خدا دا نور عرشاں تو جڑا بندہ نبی دی تعریف نہ بولے اندھے نال مقابلہ ہے کوئی نہ زندگی ہوگی محمد بڑھ کے آیا ہے غازی تینو رنگ لائے اچھا بولو حیدری محمد بڑھ کے آیا ہے خدا دا نور عرشاں محمد بڑھ کے آیا ہے کریں دے ہر بجر ہر جا نبی دے حسن دے چرچے کریں دے ہر بجر ہر جا نبی دے حسن دے چرچے خود کتے نہ ہسی ہو سی محمد جائے بڑھایا ہے کیا بات ہے تیرے سنن دی غازی کا بسم اللہ بھائی سبحان اللہ بسم اللہ خود کتے نہ ہسی ہو سی محمد جائے بڑھایا ہے خود کتے نہ ہسی ہو سی محمد جائے بڑھایا ہے محمد مصطفیٰ تیری بلند در شان تو صدقے محمد مصطفیٰ تیری بلند در شان تو صدقے محمد نو بڑھایا جس میں اس رحمان تو صدقے محمد نو بڑھایا جس میں اس رحمان تو صدقے نبی نو پالیا جے اس زخی مران تو صدقے خدا خود آکے آئے مران دے احسان تو صدقے خدا محبوب اپنے دا بڑا رتبہ ودھایا ہے خدا محبوب سار چاہو جے بول سکنا ودھایا ہے نبی دے پاک چہرے وچ خدا خود نو بکھایا ہے نبی دے
हैदरी वाले बचड़े जीवन अल्लाह तो को इस तरह फरमावे ना तुस बड़े सोने सुने। एक सलाम मैं जनाब नु सुनवावना चाहना। साढ़े बिरा नमाज जुम्मा तो बाद मस्जिद ही पढ़ते हैं एक सतर उस सलाम दी उस दे बाद त्रै चार सतर कुछ हस्तियां ते सलाम हैं वह मैं जनाब नु सुनवावना चाहना। तुहाड़ी मर्जी होवे तां हे मर्जी जनाब दी पढ़िए। सदके सदके त्रै चार बंदे इवें बैठे शाह जी मजलिस च कहन अगर मेरे तो कोई गीला शिकवा हो तो बजा बात है। ये तो वेखो मैं जिक्र कहता पी करता जिक्र नाल तो मुखालफत कह दी गाय नहीं बाद बंदे जिद कर बांधन सिद्ध है भाई वतन का बंदा पढ़े तो बंदे शेर ही नहीं हिलाएंगे। अल्लाह अकबर या रसूल मैं सलाम शुरू पिया कर दा। अल्लाह तुहाड़ी जिंदगी दराज करे। भाई गुलाम बाद मैं उम्मीद रखदा क्योंकि हाजी साहब मेरे बाद आए बैठे मीसा भाई बैठे हाजी साहब तो दुआ लवन की खातिर और जिथे मैं सलाम पढ़िया मिम्बर की अजमत की कसम है इतने तो जरा झूठ बोले बंदा किधू का नहीं रहा। मैंने तवक्को तो ज्यादा न्याजा भी मिली ने इनामात भी मिले मोमिनीन ने दुआई भी की थोड़े को मैं कोई शह नहीं मंगता। अल्लाह का दितो है बहु को जे सखियां का बड़ा करम है थोड़ी दुआ दे सदके लेकिन सत्रह इस काबिल होवन फिर जिक्र च बोलना सवाब है। अल्लाह थोड़ी जिंदगी दराज करे। तवज्जो है जनाब सदके सदके मुस्तफा जाने रहमत पे लाखों सलाम। मुस्तफा जाने रहमत पे लाखों सलाम। मुस्तफा जाने कौनदा बैठा पे लाखों सलाम। बोले मैं सिकदा ना रहा बमैंदाद ना या दी पी पे लाखों सलाम। दादी तन रंग लावे जाने रहमत पे लाखों सलाम। शमाए बाज में हिदायत पे लाखों सलाम। शमाए बाज में हिदायत पे लाखों सलाम। जिस तरह फाक उठ गई दम दम या दम दम आ गया उसने गाहे नायत पे लाखों सलाम। उसने गाहे नायत क्या बात है तेरे सुनने लाखों सलाम। उसने गाहे नायत पे लाखों सलाम। खैर भाई ये जुमला अक्सर किबला हाजी नासर अब्बास साहबादन पढ़ते हैं काफी दफा सा सुने है। हाजी साहब मौजूद हैं अल्लाह कबूल फरमावे जी कि मैं जाकरी ना छोड़ देवा जरा बंदा जुमला पचा जावे। मैं सदर रुपया पढ़ता मैं जाकरी ना छोड़ देवा जो मैं नबी दी अजमत मैं एक हस्ती ते सलाम उस्ताद नजर साहब पढ़ता भी हाँ सर जावी ते सदर दा वजन करें इस तरह जो नबी को बचाता रहा बेटे बिस्तर नबी पे सुलाता रहा। उसने के बाने रिसालत पे लाखों सलाम। उसने के बाने और बोले हो जी मैं बोलन दा हक उच्चा बोलो हैदरी सुभान अल्लाह सुभान अल्लाह जिक्र दी जीनत बनो हैदरी वाडे बचड़े जीवन अल्लाहुम्मा सल्ले अला मुहम्मद। बहुत मेहरबानी मैं राजी हो गया मेरी मेहनत मैंने सिला मिल गया। उस निगेबाने रिसालत पे लाखों सलाम। उस निगेबाने रिसालत पे लाखों सलाम। एक मुअज्जमा बीबी थे मैं सलाम पिया भेजे ना तूने मां बन के पाला हमारा हला में तूने मां बन के पाला हमारा नबी
اس لیے تجھ کا کہتے ہیں سب امتی فاطمہ تیری عظمت پہ لاکھوں سلام کیا بات ہے تیرے سنا میں بسم اللہ زندہ و سلامت رہو کیا بات ہے بسم اللہ خیر بھائی یا الہی حیدری ول بڑی ہے جناب ساریاں دی مرضی ہے ہاتھ بلند کر کے بولو حیدری تو نے مام بن کے پالا ہمارا نبی اس لیے تجھ کا کہتے ہیں سب امتی فاطمہ تیری عظمت پہ لاکھوں سلام فاطمہ تیری عظمت پہ لاکھوں سلام جس کا صدقہ ہر دشمن مہرباں ہو گیا جس کی خاطر ہر کافر مسلمان ہو گیا اس خدیجہ کی دولت پہ لاکھوں سلام اس خدیجہ جس کے صدقے ہر دشمن مہرباں ہو گیا جس کی خاطر ہر کافر مسلمان ہو گیا اس خدیجہ کی دولت پہ لاکھوں سلام کیا بولو حیدری دولت پہ لاکھوں سلام میں شام تک پڑھتا رہا ذکر مک نہیں سکتا جیڑی شام چو آئی ہے وہ صرف اے ویکھن آئی ہے مینوں کون کون مکان دے مینا ہے میں کدہ سوچ کے نہیں آیا زندگی ابھی میں کہ پڑھنا ہے اس شہید دی غربت شروع پیا کردا جس تے جوانی مک گئی رو نہ سکے تو ہائے تیرے واسطے تے ہائے کر چھوڑے سوار صاحب جوان سکھدا میں جوانی ہڈاواں جوانی سکھدی ٹر گئی میں اکبر نو ہڈاواں آدابیاں ہائی روتے اکبر آدی شادی دی نہیں ویکھے پیوں برنا کے ودا وچ مگدل دے روندا مسلہ دا پدار جولی پھیلا جی نوکر پنن دی کوشش جی بسم اللہ زندگی ہوے جی سید دادا نوکر واہ بھائی واہ نوکر ہائی رات اکبر دی شادی دیوان نہیں ویکھیا پیو پرنا کے آودا وچ مگدل دے روندا مسلہ دا پدار جڑا بندہ علی اکبر تے مصائب تے نہ روے سر ٹھیکا کرے پنن دی کوشش کرے بیٹھا خون بجے دائی سینے دوا حسرت دی دید بھما کے او کدی مو جم دائے کدی گال جم دائے ہاتھ بھنی ہوئی ساگ جا شاباس شاباس رومن علی جی نوکرا بسم اللہ نوکرا بیٹھا خون دید بھوا کے او گدی مو جم دے
गल चुमदाए हाथ बनियो सांग जा पहला शहीद है जनाब अकबर। सात या आठ मिनट मेरे पास से वेख जिसन आपको जज हाथ पाओगे घोड़े ते सवार की दास अकबर दा घोड़ा ना जनाजा वदा टुरदा बीबियां हत्था नाल नहीं पत्थरां दा मातम कीता हाय कर छोड़े कहे बीबी दा वाद बियांदा बर्बाद मदीना कहे दा वैन बियांदा सुन मदीना चार साल दी सैयदा दिए मदीने आले पासे मुंह कर गया दिए बीमार हुण अकबर छोड़ी वेंदा मैं सदके हवा जेड़े रोंदे पयो हुसैन दी महाराज दी होवे तेरे पुत्र जीवन मैन करण वाला आजादार कर मकातल दियां किताबां दा मुतालिया पंजी कदमां ते अकबर दा घोड़ा गिया यको चचक बीबी दा हाथ आया रो न सकेंदा हाय कर सोने हे कद पासे ते आ मौत दी पट्टी बधी वधिया हकन मार गया दी अकबर तू त टुरिया वेले पिछा वेख मेरा हुसैन रोंदा वदाए पग दे पैज गल जाए वदे ना जा वदाए अकबर मैं तेरा बुढ़ड़ा पीऊआ सदके 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 अकबर आओ थोड़े मिलके तवन्ने आओ मेरा दाड़ी लांदा बचड़ा अकबर ने घोड़ा पीछा ते मोड़ा मेरे इमाम ने चेहरा चुमिया वाजी घर ते बोसा दिता सैयदा दा टुरवां मेरी निभ वैसी तहाई नहीं की तेरे मुकद्दर दी बात है मैं कोशिश पिया करदा हर बंदा मुकाने शामिल होवे अकबर घोड़ा टोरन लग्या है चार साल दी भेण मलक साहब पेरा ते हाथ रखी खड़ी है अकबर दे सकीना के आखण जानी है हकल मार गया दी अकबर एक वारी घोड़े तू लाए और जवानी माने अकबर घोड़े तू लच्छा है चार साल दी भेण ने चाचा दी चोले दे दामन दे नाल गड़ देवनी शुरू की दी है अकबर दे सकीना के भई करे नहीं है मदीने वाले पासे मुंह कर गया दिए राजी राय तेरे हिस्से दा पल्लू भई बधे लिया बीबी आदि ये हुण अकबारी छोड़ी वेंदा सवाब ही वैन करना सवाब ही बिस्मिल्ला बिस्मिल्ला हुसैन दी महाराजी होवी अल्लाह अकबर तेरे मेदाज दे दो वैन मिंबर किबला दे हवाले वत अकबर दा घोड़ा पंद्रह कदमा ते गिया है या पिछू हक्का लाइए मुड़ के देखे जनाब फिजाए जुमले सुने तेरी इबादत हो वैसी अकबर आदा अम्मा क्यों सदाई बीबी आदि अकबर तू तो टुरिया वे न मैं लड़के ना दैनी आ रात्रि खेमे आले पास डिठी मार जिंदगी दरा दो भी जनाब फिजा लड़के ना दचाया मातम दी दावत हाथ प्यारे न करे अकबर डिठा द मंजर केड़ा मेरा इमाम सजा दे सोटी दी टेक दे डुर द वदाए हकल मार के आदा वदा इतना डसी वाज खै में की वे बड़ी देर अकबर मैं तेरा बीमार भिरा अकबर तोड़े मिल के दवल्ले आओ मेरे दाड़ी ला दवीर सदके सदके सोने आसू पे हुसैन दी महाराज दी होवी अकबर ने घोड़ा पीछा ते मोड़ा दोए भिरा गल लगे वैन शुरू करा मैदान चाहे जिंदगी होवी पहला हमला कीता मशरक आले पास आवाज आईए अल्लाह अकबर सैयदा का शाबाश मेरा तस्सा बजड़ा वादुआ हमला कीता मगरे बले पास आवाज आईए अल्लाह अकबर सैयदा का शाबाश मेरा यूसुफ तू सोना बजड़ा अकबर जंग वदा करें दाई हसीन बिन अमीर दे अल्लाह दिलाना तो है सारे आखो बेशुमार ए ओ जालिम है जै दो मामा दी हसरत बर्बाद कीती है मौलवी साहब जिंदगी होवी कोल आओ के आदा अकबर तू तो लड़दा वदा है पिछा वे खैमिया नु आग लग गई है पिन्नण दी कोशिश कर अकबर मुड़ के डिठा जालिम सांग मारी है कौन तू जमीन ते आया लांदी जाओ ते आदा बाबा मैं लांदा पिया सैयदा दायो बाला न टुरे मैं आंदा पिया मेरा दाड़ी लांदा बछड़ा हाय तो कर छोड़ यार आया तो मुकान दे मैंने कर मकातल दिया किताबा दा मुदाले आजी मैं साल दा बच्चा भाई जान मिट्टी दे टुर नहीं सकदा
ਹੱਥਾਂ ਤੇ ਲੈਣ ਵਾਲੇ ਬਾਹਰ ਟੁਰਦਾ ਇਵੇਂ ਟੁਰਦਾ ਵਧਾ ਮੇਰਾ ਇਮਾਮ ਦੋ ਦੋ ਕਦਮ ਜਾਵੇ ਆਵਤ ਬਹਿ ਮੰਨੇ ਮਕਤਲ ਵਾਲੇ ਪਾਸੇ ਮੂੰਹ ਕਰਕੇ ਆਖਿਆ ਬੋਲੇ ਆਵਾ ਮੈਂ ਤੇਰਾ ਬੁੱਢੜਾ ਪਿਊਆ ਸਰ ਠੀਕਾ ਕਰ ਜੇ ਤੈਨੂੰ ਰੋਵਣ ਨਹੀਂ ਪਿਆਂਦਾ ਸਯਾਦਾ ਦਾ ਜਵਾਬ ਦੇ ਬਾਬਾ ਵਧਾ ਗੁਲੇਂਦਈ ਸਯਾਦਾ ਦਾ ਕੱਛ ਲੱਛਾ ਹੈ ਮੇਰੇ ਨਾਨੇ ਦੀ ਸ਼ਗਲ ਆਲਾ ਬਜੜਾ ਜਿਹੜੇ ਮਾਤਮ ਪੇ ਕਰਦੇ ਹੋ ਮੇਰਾ ਇਮਾਮ ਕਡਿਠਾ ਇੱਕ ਫਕੀਰ ਹੈ ਜਿਹੜਾ ਸਾਰੇ ਕਾਸਾ ਮਾਰ ਕੇ ਆਦਾ ਵਧਾ ਹੈ ਜਵਾਨ ਮਾਰ ਸੋਣਾ ਹੀ ਬਰਬਾਦ ਕਰ ਸੋਣਾ ਹੀ ਸਯਾਦਾ ਦਾ ਤੂੰ ਹੀ ਕੋਈ ਜਵਾਨ ਮਰਾਈ ਵਧਾ ਆਦਾ ਆਪਣਾ ਤਨਾ ਸਯਾਦਾ ਦਾ ਰੋਂਦਾ ਤੈਨ ਵਧਾ ਜਿਵੇਂ ਤੇਰਾ ਲੱਥਾ ਹੱਕਲ ਮਾਰ ਕੇ ਆਦਾ ਪਰਦੇਸੀਆ ਮੁਸਾਫਿਰਾ ਜਿੰਦਈਆ ਸੋਣਾ ਬਹੂਆ ਨਾਲੇ ਤਾਜ਼ਾ ਦਾਣੀ ਪਹਿਲਾਂ ਦੀਆਂ ਸੱਲਾ ਜਾੜੇ ਦੀ ਮਾਤ ਮਰ ਗਈ ਨਾ ਕਰ ਸ਼ਰਮ ਕੋਸ਼ਿਸ਼ ਕਰ ਮੁਕਾਉਣ ਦੀ ਅੱਲਾ ਜਾਣੇ ਤੂੰ ਕਿਸ ਖਿਆਲ ਵਿੱਚ ਬੈਠਾ ਅਲੀ ਅਕਬਰ ਦੇ ਮੈਂ ਸਾਹਿਬ ਤੇ ਨਾ ਰੋਸੇ ਤੇ ਕਦਾ ਰੋਸੇ ਸਯਾਦਾ ਦਾ ਕੋਈ ਨਿਸ਼ਾਨੀ ਦੇ ਪਹਿਲੀ ਨਿਸ਼ਾਨੀ ਸਮਾਦ ਘੋੜੇ ਦਾ ਸਵਾਰ ਹਾਏ ਕਰੇ ਸਯਾਦਾ ਦਾ ਮੈਂ ਤਾਂ ਕਈ ਡੋਰੀ ਬੈਠਾ ਕਈ ਹੋਰ ਨਿਸ਼ਾਨੀ ਦੂਈ ਨਿਸ਼ਾਨੀ ਗੁਲਾਬੀ ਪੱਗ ਸਯਾਦਾ ਦਾ ਮੈਂ ਤਾਂ ਸੁਫੈਦ ਬਧਾਈਆ ਅੱਲਾ ਜਾਣੇ ਗੁਲਾਬੀ ਕਹਿ ਕਰ ਛੋੜਿਆ ਤੇਰਾ ਕੋਈ ਪੱਥਰ ਦਾ ਦਿਲ ਤਾਂ ਨਹੀਂ ਸਰ ਜਾ ਕੇ ਡੇਗ ਮੈਡੋ ਹੱਕਲ ਮਾਰ ਕਿਆ ਦੇ ਪਰਦੇਸੀਆ ਮੁਸਾਫਿਰਾ ਵੱਡੀ ਨਿਸ਼ਾਨੀ ਆਈ ਜਿਹੜਾ ਸਾਹਮਣੇ ਟਿੱਬਾ ਪਿਆ ਨਜ਼ਰ ਦਈ ਜਲੇ ਹਮਲੇ ਤੂਫਾਨ ਥਿੰਦਾ ਇਸ ਟਿੱਬਾ ਤਾਂ ਜੜ ਵੈਂਦਾ ਅੱਲਾ ਜਾਣੇ ਮਦੀਨੇ ਕਈ ਭੈਣ ਰਾਦੀ ਹੈ ਦੋਏ ਬਾਈ ਵਧਾਉ ਕਿਆ ਦਾ ਤਾਂ ਗੱਲ ਹੈ ਅਕਬਰ ਕੋਈ ਨਹੀਂ ਬਲੜਾ ਅਕਬਰ ਨੂੰ ਬਰਥੀ ਖਾ ਗਈ ਸਦਕੇ 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 ਸਯਾਦਾ ਦਾ ਨਿਸ਼ਾਨੀਆਂ ਮਿਲ ਗਈਆਂ ਉਹ ਮੈਂ ਗਰੀਬ ਦਾ ਪੋਤਰੇ ਫਕੀਰਾ ਦਾ ਅੱਲਾ ਦੇ ਨਾਂ ਤੇ ਦੱਸ ਇਹੋ ਜੇ ਪੁੱਤਰ ਕੋਈ ਮਰਾਵਣ ਦੇ ਡਾ ਦੇ ਹੁੰਦੇ ਨੇ ਸਯਾਦਾ ਦਾ ਕਿਆ ਕਰਾਂ ਨਾਨੇ ਦਦੀਨ ਵਧਾ ਬਚੈ ਨਾ ਹੈ ਤਾਂ ਕਰ ਛੋੜ ਜਿਹੜੇ ਸਯਾਦਾ ਖੈ ਨਾਨੇ ਦਦੀਨ ਵਧਾ ਬਚੈ ਨਾ ਫਕੀਰ ਮਾਤਮ ਕਰਕੇ ਅਦੇ ਦੀਨ ਜੂ ਵਧਾ ਬਚੈ ਨਾ ਤੂੰ ਕਈ ਹੁਸੈਨ ਸਯਾਦਾ ਦਾ ਹੁਆ ਗਰੀਬ ਮੈਂ ਤੇਰੇ ਮਤਲਬ ਬਈ ਮਾਤਮ ਦਾ ਜਾਇਜ਼ ਹੁਸੈਨ ਦੀ ਮਹਾਰਾਜ਼ੀ ਹੋਵੇ ਅੱਲਾਹ ਅਕਬਰ ਖਤਮ ਔਖੇ ਜਾਂ ਸੌਖੇ ਭਾਈ ਜਾਨ ਅਕਬਰ ਦੇ ਕੋਲ ਆਓ ਕਿਆ ਦੇ ਲਾਲ ਬੁੱਢੜੇ ਪਿਓ ਦਾ ਸਲਾਮ ਹੋਵੀ ਅਕਬਰ ਆਦਾ ਅਲੈਗਾ ਸਲਾਮ ਸਯਾਦਾ ਦੇ ਸੀਨੇ ਤੋਂ ਹੱਥ ਕਿਉਂ ਨੇ ਜਾਂਦਾ ਅਕਬਰ ਆਦਾ ਬਾਬਾ ਤੂੰ ਇਮਾਮ ਮੈਂ ਜਾਣਦਾ ਤਹੇ ਜ਼ਾਲਮ ਸਾਂਗ ਮਾਰੀਏ ਸੁਣਦਾ ਪਿਆ ਮਾਦਾ ਵੈਂਦਾ ਬਹੁ ਵੱਡਾ ਸਾਬਿਰ ਹੁਸੈਨ ਪੁੱਤਰ ਦੇ ਸੀਨੇ ਚੋਂ ਬਰਛੀ ਛਿਕੇ ਸੀ ਸਬਰ ਦਾ ਮੁੱਲ ਪੈ ਵੈਸੀ ਲੋਹੇ ਦਾ ਜਿਗਰ ਹੀ ਤਾਂ ਕਾਬੂ ਕਰ ਧੀਆਂ ਦੇ ਪਰਦੇ ਸਲਾਮਤ ਹੋਣੀ ਮੇਰੇ ਇਮਾਮ ਨੇ ਨਾਰੇ ਤਕਬੀਰ ਬੁਲੰਦ ਕੀਤਾ ਹੈ ਸਯਾਦਾ ਖੈ ਅੱਲਾਹ ਅਕਬਰ ਸਯਾਦਾ ਦਾ ਫਲ ਚ ਹੱਥ ਪਾਇਆ ਮੇਰਾ ਇਮਾਮ ਫਲ ਦਾ ਬਹਿਰਾਵਣਾ ਅਕਬਰ ਦਾ ਜਿਗਰ ਬਹਿਰਾਇਆ ਹੈ ਕਰਬਲਾ ਉਹਦੀ ਨਗਰੀ ਹੱਲੀ ਅੱਲਾ ਦਾ ਸਲਿਆ ਮਲੈਕਾ ਤੂੰ ਤਸਬੀ ਛੁੱਟੀ ਪਿੰਨਣ ਦੀ ਕੋਸ਼ਿਸ਼ ਕਰ ਪਿਓ ਜ਼ਈਫ ਹੈ ਪੁੱਤਰ ਜਵਾਨ ਹੈ ਇੰਜ ਕਰਕੇ ਜਾਇਆ ਹਾਨਾ ਲਾਇਆ ਸਯਾਦਾ ਦਾ ਮੇਰੇ ਨਾਲ ਬੁਲੈਂਦਾ ਜੋਲ ਮੇਰਾ ਦਾੜੀ ਲਾਂਦਾ ਬਜੜਾ ਦੋ ਕਦਮ ਜਾ ਕੇ ਟੁਰਾਇ ਭਾਈ ਜਾਨ ਅਕਬਰ ਦਾ ਸਰ ਮੋਢੇ ਤੂੰ ਲੈਣ ਲੱਗ ਗਿਆ ਮੁੱਠੀ ਬੰਦ ਹੋਣ ਲੱਗ ਗਈਆਂ ਚਿਹਰੇ ਤੇ ਮੌਤ ਦੀ ਦਰਦੀਆਂ ਮਿਲਣ ਲੱਗ ਗਈ ਹੈ ਇੱਕ ਹੱਥ ਨਾਲ ਅਕਬਰ ਕੁਚਾਈ ਵੈਂਦਾ ਹੈ ਬਏ ਹੱਥ ਨਾਲ ਖਯਾਮ ਦੇ ਪਾਸੇ ਇਸ਼ਾਰਾ ਕਰਕੇ ਆਦਾ ਹੈ ਜਿੰਨਾ ਮਿਲਣਾ ਹੈ ਮੈਡੇ ਓ ਅਕਬਰ ਕੋ ਹਣ ਜਲਦੀ ਜਲਦੀ ਆਓ ਮੈਡੇ ਲਹਦੇ ਦਾ ਇਹ ਨਹੀਂ ਕੋਸ਼ਿਸ਼ ਤਾਂ ਮੈਂ ਮਦੋਰਗਾ ਪੂਰੀ ਕਰੇ ਨਾ ਹਰ ਬੰਦਾ ਮਾਤਮ ਕਰੇ ਅਲੀ ਅਕਬਰ ਦੇ ਮਸਾਇਬ ਤੇ ਚਾਹ ਕੇ ਗਹਿਣਾ ਆਈ ਪਿਓ ਦੀ ਝੋਲੀ ਏ ਜਵਾਨ ਦਾ ਸਰ ਹੈ ਤਾਂ ਕੀਤੀ ਹੈ ਹੁਸੈਨ ਦੀ ਮਹਾਰਾਜ ਦੀ ਹੋਵੀ ਸਯਾਦਾ ਦਾ ਅਕਬਰਾ ਤੇਰਾ ਥੋੜਾ ਟਾਈਮ ਬਾਕੀ ਹੈ ਕੋਈ ਸਮਾਨ ਚਾਚਾ ਜੀ ਅਕਬਰਾ ਦਾ ਬਾਬਾ ਜੇ ਫਰ ਸਕਣਾ ਹੈ ਤਾਂ ਮੈਨੂੰ ਭੈਣ ਮਿਲਾ
جڑے بہن والے بھیرا بیٹھے زندگی دراز ہوئے میرے امام نے دونگلی دراز کی دیا اکبر ڈٹھا ہے آدھا ہے بابا جی میں جندرے مار کے ٹریا ہوں میں لگے ہیں مینو بہن نظر نہیں پی آتی سیدا دے اکبر نانے دی زری دیکھ اکبر دے بابا نانے دروازہ ایریا تائیں ہلدا کھڑا مینو بہن نظر نہیں پی آتی ہاتھ پیارے نہ کرے سیدا دے اٹھا دیکھ جتھا ٹر دے لے پیر لایا نہیں او جوان لا دلیو اکبر ڈٹھا دوائن کر کے آدھا ہے ہاتھ رو گئی تھائی اور لب بھئی بہو مشکل نال سمادم جائے دائی ہاتھ رو گئی تھائی جی نوکرا ہاتھ رو گئی تھائی نوکرا نوکرا ہاتھ رو گئی تھائی اور لب بھئی بہو مشکل نال سنجاتی لاغ نال دیوار دے رو دی بھئی سگر دے جو لے چاہتی آدھی پہیے کہے پلو بدھائی آئی او میڈا جان ویرون کی وے سہرا سگان کھڑو تھی لان کر گی میں کھڑو ہی نہ گی ایڈی تو کھڑو نا ساکھ پہلے لان